ฮัลโหลยาโอ้ก็ไอ้เป็นลีเยนะพราวาเฮ้ไอ้บารีเอ็กกี้อันตรีจานะปะนะบารีเอรีเอ็กกี้อ่ะบารีลมอนี่ยานะช่วยน้ำตาเกลว่ามาเกฮาลากิยันดีกะราชันจังเงี้ยกัดท่ากัดเลยเลยบ้าไปแล้วประชาชนมาสิแลนด์ที่กิเลบ้าเกลบ้าแลนด์ที่กันแล้วหายเอ็ดที่สำคัญที่นี่มาสิอ่ะจะเลี้ยบมาบ้าจ้องมาติยังมาติยังพ่อวันนี้มาติยังพ่อว่าอาฟ้าจะขับให้แล้วนะโหร์กันเนี่ยละวันนี้น่าเลยฮันจีสัสดีกาจีสารานุลอจีสวาจัตตัวด่าฮัตแอนด์นะเว็บล็อกเวชแต่จีเนจีเนชแนลเนี่ยสับสคริปต์กีต้าเอาไปแล้วชแนลการเราปนัสสคริปต์แต่ลาลาลาลากราดังสระกราดังแอนด์ทัลวาระกันจีชั่งเลี้ยมัมมี่เดนานเก้มัมมี่อาจจะเลี้ยมัมมี่เดนานเก้อุทัยกี่มัมมี่อาจจะอาจจะทานปาร์ตักพูกมัมมี่เดนานเก้การับคนเนี่ยตอนกันนัทแอมการสามวันก็รู้เนี่ยสัสดีกับเบบเบ้สัสดีกับกอดมอร์นิ่งกอดมอร์นิ่งทีทักทีทักยานะเบบเบ้ไม่ไม่นี่จ้ะเบบเบ้นุปนัยคือที่มัมมี่นู้อาจจะเดินไม่จานะไปจะเลี้ยงปนัยท่านต์ลากจีนี่บีบีนท่านต์ท่านต์ท่านต์มีระจีนี่การดันบีจานะปนัยแกอุ่นจีการดันบีบีตระจานุลอจีแม่ก็ตานุดาวดีเองนิกลับไปยังคิดที่มัมมี่ตูดยังมีเชื้อราปนุนไม่มัมมี่เดินนานเก้แหละนานเกี่ยกับมาเกี่ยแต่ถ้าสมัยยังคุชีแม่กินยาจะนานเกี่ยจานดีสัปดาห์ต่อจานนั่นแต่แม่ยี่นิกเกี่ยนานุบดีคุชีนี่นานเกี่ยจานะนานเกี่ยชุดที่อ่อนยังกรมีดีอ่ะนะนานเรื่องบาร์เรื่องคุชีอ่ะนานเกี่ยนานเกี่ยจานะแต่ราจิกาโลเรนเกี่ยนะนานเกี่ยนุ่นเกี่ยกัดที่จานเดียนะวันนะแต่ยี่ตาเนี่ยพี่จานเนี่ยจะหัวเตะแต่จานนั่นนะแม่ไม่ยังมันจะไปริสเต็กกัดยานะบาร์ใหญ่ยันเดี๋ยวโลกไปพิจารณ์กัดยานตาโลกกันจ้าปัจจุบันเนี่ยตาเจ้าพี่ก็บาร์จะบางทีจะลงคุยจักกันดีอาปาจังว่าแกมัมมี่เดินนานเกะเพราะว่าที่นั่นสัปดาห์ต่อมาลาดาปาร์ทกันลงเดียมัมมี่นี่นะมีสองสัปดาห์ใจเดียวสาเรื่องติดนั่นมามีอามาสียานานเน่นานนี่ก็สาเรื่องเดียนานนี่ถ้าได้ว่าว่าที่นั่นจลกีมีดีนะนานนี่ก็ตัวเองปัจจุบันจลกีจิตรขอนอสิปาร์ทแต่นานนี่ว่าจะต้องจักกันให้ยีเดียต้องนานนี่แต่ดูไม่นานนี่ต้องจักกันให้ยีเดียอย่างนั้นนี่นานนี่นู่นบ้าเกะถ้าจานันนเชียร์อาปนวากันโตติงาเป็นต์ਜੇ ਕਿ ਉੱਥੋਂ ਵਲੌਗ ਵੇਂਦਾ ਆਪਣਾ ਜਰੂਰ ਕਮੈਂਟ ਕਰਿਓ ਟੋਟੀਆਂ ਪਿੰਡ ਤੋਂ ਤੇ ਨਸ਼ਹਿਰਾ ਪੰਨਵਾਰ ਜਿਹੜਾ ਨੇੜੇ ਨੇੜੇ ਲੋਕ ਵੇਂਦੇ ਉੱਥੋਂ ਤੇ ਆਪਣੇ ਦਰਸ਼ਕ ਭੈਣ ਭਰਾ ਸੱਜਣ ਮਿੱਤਰ ਵੀਰ ਭਰਾ ਕੋਈ ਵਲੌਗ ਵੇਂਦਾ ਵਾ ਅੰਕਲ ਆਂਟੀ ਕੋਈ ਵਲੌਗ ਵੇਂਦੇ ਆਪ ਜਰੂਰ ਦੱਸਿਓ ਆ ਟੋਟੀਆਂ ਪਿੰਡ ਆ ਵੱਡਾ ਨਾ ਮੀ ਬਹੁਤ ਜ਼ਿਆਦਾ ਕਿੰਨਾ ਵੱਡਾ ਹੋ ਪਤਾ ਨਹੀਂ ਇੰਨਾ ਕੁ ਕਹਿੰਦੇ ਨੇ 12 ਪੱਤਿਆਂਵਾ ਹੁਣ ਪਤਾ ਨਹੀਂ ਕੀ ਸਾਬ ਲਓ ਜੀ ਦੋਵਾਂ ਤਿੰਨਾਂ ਪਿੰਡਾਂ ਜਿੱਦਾਂ ਤਾਂ ਹੈਗੇ ਆ ਕਿੰਨੇ ਪਿੰਡਾਂ ਜਿੱਦਾਂ ਦੋ ਤਿੰਨ ਪਿੰਡਾਂ ਜਿੱਦਾਂ ਤਾਂ ਹੈਗੇ ਆਪਣਾ ਨਿੱਕਾ ਹੀ ਪਿੰਡ ਹੈ ਨਾ ਇੱਥੇ ਤਾਂ ਉਹ ਅੱਲਾ ਦਾ ਪੰਜ ਬਾਕੀ ਮਿਲਦੇ ਉੱਥੇ ਆ ਕੇ ਤੁਹਾਨੂੰ ਹਨਾ ਕਰਾਉਣੇ ਦਰਸ਼ਨ ਤੁਹਾਨੂੰ ਵੀ ਮੈਂ ਘਰ ਉੱਥੇ ਜਮਾ ਮੈਂ ਉਹ ਵੀ ਇੱਕ ਹੀ ਕਮਰਾ ਉਧਰ ਉਹ ਵੀ ਰੱਖਿਆ ਨਾ ਕਮਰਾ ਇੱਕ ਹੀ ਉੱਥੇ ਕਿਹੜਾ ਕੋਈ ਨਾਨਾ ਨਹੀਂ ਨਾਨੀ ਨਹੀਂ ਮੇਰੇ ਮਾਮੇ ਨਹੀਂ ਕੋਈ ਨਹੀਂ ਮੰਮੀ ਹੁਣੀ ਵਿਚਾਰੇ ਭੈਣਾਂ ਤੇ ਸਾਰੇ ਰਲ ਕੇ ਮੰਮੀ ਦੇ ਚਾਚੇ ਪਾਠ ਕਰਾਉਂਦੇ ਆ ਬਾਬਾ ਸ਼੍ਰੀ ਜੀ ਦਾ ਕਰਾਉਂਦੇ ਨਾ ਹਰ ਸਾਲ ਬਾਬਾ ਸ਼੍ਰੀ ਜੀ ਨਾ ਓਕੇ ਚਲੋ ਬਾਕੀ ਮਿਲਦੇ ਆ ਤੁਹਾਨੂੰ ਵਿਖਾਉਂਦੇ ਕੋਈ ਚੱਕਰ ਨਹੀਂ ਇੱਥੇ ਆ ਕੇ ਜੋ ਵੀ ਹੋਇਆ ਸਾਰਾ ਵਿਖਾਵਾਂਗੇ ਤੁਹਾਨੂੰ ਪਿੰਡ ਵਿਖਾਉਂਦੇ ਆ ਮੰਮੀ ਦਾ ਨਾਨਕੇ ਪਿੰਡ ਆ ਟੋਟੀਆਂ ਓਕੇ ਜੀ ਚੈਨਲ ਕਾ ਲੋ ਸਬਸਕ੍ਰਾਈਬ ਜਨਾ ਨਹੀਂ ਨਹੀਂ ਕੀਤਾ ਗਾ ਚੇਤਾ ਆ ਜਾਣਾ ਮੈਨੂੰ ਫੇਰ ਤੇ ਓਕੇ ਬਾਏ ਬਾਏ ਮੰਮੀ ਬਾਏ ਲਓ ਜੀ ਕਹਿੰਦੇ ਜੀਰੇ ਸ਼ਹਿਰ ਦੇ ਚੌਂਗ ਵਿੱਚ ਆ ਗਏ ਆ ਤੇ ਉਹ ਖਲੋਤੇ ਨਾਨੇ ਹੁਣੀ ਨਾਨੇ ਹੁਣੀ ਇਹ ਦੋਵੇਂ ਨਾਨੇ ਖੜੇ ਦੋ ਨਾਨੇ ਖੜੇ ਨੀਲੀ ਪੱਗ ਬੰਨ ਕੇ ਖੜੇ ਨਾਨੇ ਇੱਕ ਕਿਸਾਨ ਉਹ ਕਿਸਾਨ ਇੱਕ ਤਾਂ ਜਿੰਦਾਬਾਦ ਚੱਲੇ ਠੀਕ ਠਾਕ ਸਰ ਭਾਈ ਸਾਹਿਬ ਬਹੁਤ ਵਧੀਆ ਗਏ ਪਿੱਛੇ ਕਿਸਾਨ ਇੱਕ ਤਾਂ ਜਿੰਦਾਬਾਦ ਲਓ ਜੀ ਕਿੰਨਾ ਟਾਈਮ ਹੋ ਗਿਆ ਖੜੇ ਤੁਹਾਨੂੰ ਮੈਂ ਸਹੀ ਦੱਸਣਾ ਝੂਠ ਨਹੀਂ ਸਹੀ ਮਿੰਟ 13 ਹੋ ਗਏ ਆ ਖੜੇ ਨੂੰ 13 ਮਿੰਟ ਹੋਏ ਹੈ 13 ਚਾ ਫੇਰ ਥੋੜਾ ਹੀ ਟਾਈਮ ਆ ਨਾ ਚਲ ਫੇਰ ਠੀਕ ਆ ਮੈਂ ਜ਼ਿਆਦਾ ਟਾਈਮ ਹੋ ਗਿਆ ਕਿਤੇ ਵੇਟ ਜ਼ਿਆਦਾ ਕਰਾਈ ਇਹ ਤਾਂ ਗਾਲਾਂ ਪੈ ਜਾਣੀਆਂ ਸੀ ਦੋਵੇਂ ਗਰਮਾਂ ਨਾਲੇ ਹੈ ਦੋਵੇਂ ਦਰਨੇ ਮਗਲਾ ਨਾਲ ਬੜਾ ਗਰਮ ਆ ਪਿਛਲਾ ਤਾਂ ਉਹੀ ਕਹਿੰਦਾ ਹੁੰਦਾ ਇੱਕ ਗੱਲ ਹੀ ਆਹੋ ਡਾਇਲੌਗ ਦੱਸਣਾ ਨਹੀਂ ਹੋਇਆ ਕਿਹੜਾ ਕਹਿੰਦਾ ਹੁੰਦਾ ਉਹ ਤੈਨੂੰ ਥੋੜਾ ਗਾਲਾਂ ਕੱਢੀ ਦੀ ਹੈ ਨੀਲੀ ਅੱਜ ਕਿਉਂ ਚੱਲੇ ਕਿੱਥੇ ਨਾਨਾ ਆਪਾਂ ਅੱਜ ਫਿਰ ਅੱਜ ਆਪਾਂ ਚੱਲੇ ਆ ਤੇਰੀ ਮੰਮੀ ਦੇ ਨਾਨਕੇ ਤੁਹਾਡੇ ਕਿੱਥੇ ਮੇਰੇ ਸਹੁਰੇ ਆ ਮੇਰੇ ਖਿਆਲ ਹਾਂ ਭਾਪੇ ਤੇ ਸਾਰੇ ਚੱਲੇ ਅੱਜ ਮੇਰੇ ਖਿਆਲ ਸਹੁਰੇ ਹੀ ਆ ਵੀਰੇ
ਚਲੋ ਸਾਰੇ ਦੋ ਦੋਵੇਂ ਭੈਣਾਂ ਵੇਖ ਲਾ ਇਕੱਠੀਆਂ ਜਾਂਦੀਆਂ ਇਕੱਠੇ ਸਾਨੂੰ ਸਾਨੂੰ ਜਾਂਦੇ ਦੂਜੇ ਦੋਵੇਂ ਭੈਣਾਂ ਕਿੱਧਰ ਗਈਆਂ ਉਹ ਤਾਂ ਗਈਆਂ ਪਰਸੋਂ ਦੀਆਂ ਹਵਾਈ ਜਹਾਜ਼ ਤੇ ਹਵਾਈ ਜਹਾਜ਼ ਤੇ ਠੀਕ ਹੈ ਫਿਰ ਉਹ ਟਾਈਮ ਨਾਲ ਚੱਲ ਗਿਆ ਫਿਰ ਉੱਥੇ ਬਿਲਕੁਲ ਚਲੋ ਬਾਕੀ ਮਿਲਦੇ ਉੱਥੇ ਅਸੀਂ ਵੀ ਵਿਖਾਉਂਦੇ ਤੁਹਾਨੂੰ ਦਰਸ਼ਨ ਕਰਾਉਂਦੇ ਤੁਹਾਨੂੰ ਉੱਥੇ ਠੀਕ ਹੈ ਠੀਕ ਓਕੇ ਸਤਿ ਸ੍ਰੀ ਅਕਾਲ ਲਓ ਜੀ ਆ ਗਏ ਪਿੰਡ ਫਿਰ ਟੋਟੀਆਂ ਪਿੰਡ ਲੱਡੂਆਂ ਟੱਪਾ ਦੀਪਕ ਸਵੀਟ ਸ਼ਾਪ ਆ ਗਈ ਉਹਨੇ ਦੁਕਾਨਾਂ ਨੀ ਹੁੰਦੀਆਂ ਲਓ ਫਿਰ ਇੱਥੇ ਲਾ ਲੈ ਲਓ ਜੀ ਆ ਗਿਆ ਗੁਰਦੁਆਰਾ ਟੂਟੀਆਂ ਦਾ ਗੁਰਦੁਆਰਾ ਇਤਿਹਾਸਿਕ ਕਿੰਨਾ ਦਾ ਬਾਬਾ ਵੀਰ ਸਿੰਘ ਦਾ ਬਾਬਾ ਵੀਰ ਸਿੰਘ ਚਲਾਉਣ ਲੱਗਾ ਮੱਥਾ ਟੇਕ ਕੇ ਜਾਂਦੇ ਇੱਥੇ ਵੀ ਬਾਬਾ ਮਿਹਰ ਕਰੀ ਆ ਸਕੂਲ ਆ ਗਿਆ ਦੁਸਹਿਰਾ ਪੰਨੂਆ ਤਰਨ ਤਾਰਨ ਅੰਕਲ ਪੁੱਤਾ ਲਈ ਜਾਂਦਾ ਆਪਣਾ ਘਰ ਕਿੱਥੇ ਗਾ ਆਪਣਾ ਘਰ ਬੂਰ ਤੋਂ ਆਏ ਖੱਬੇ ਮੁੜਾਂਗੇ ਖੱਬੇ ਤੋਂ ਸੱਜੇ ਮੁੜਾਂਗੇ ਸੱਜੇ ਤੋਂ ਫੇਰ ਦਰਖਤ ਲਾ ਵਾਹ ਪੁਰਾਣਾ ਮੈਂ ਜਦੋਂ ਆਉਂਦਾ ਇਹ ਵੇਖਦਾ ਪੈਨੂੰ ਸ਼ਮਸ਼ਾਨ ਘਾਟ ਜਿੱਥੇ ਬੰਦੇ ਨੇ ਆਖਰੀ ਪਲ ਜਾਣਾ ਉਹਨੂੰ ਤਾਂ ਵਧੀਆ ਬਣਾ ਕੇ ਰੱਖੋ ਤੁਸੀਂ ਪਾਪਾ ਜੇ ਪਿੰਡ ਆਪਦੇ ਬਣਾਇਆ ਨਾਨਾ ਸਾਡਾ ਹੈਗਾ ਸਰਪੰਚ ਪਿੰਡ ਦਾ ਖੋਸਾ ਡਾਲ ਸਿੰਘ ਵਾਲੇ ਦਾ ਪਰੋਜਪੁਰਾਲ ਦਾ ਤੇ ਸਰਪੰਚ ਸਾਹਮਣੇ ਤੇ ਦੱਸਣਾ ਕਿੰਨੇ ਮੋੜਨਾ ਲੈ ਕਨੈਕਟਰ ਸਾਹਿਬ ਤੁਸੀਂ ਦੱਸਣਾ ਵੇ ਲਓ ਜੀ ਨਾਨਕੇ ਤੇਰੇ ਆ ਤੂੰ ਦੱਸ ਨਹੀਂ ਸਾਰੇ ਤੁਹਾਡੇ ਤੁਸੀਂ ਜਾ ਰਹੇ ਆ ਨਹੀਂ ਤੇਰੀ ਮੰਮੀ ਨੇ ਦੱਸਣਾ ਨਾ ਜਿਹਦੇ ਨਾਨਕੇ ਆ ਸਾਰੇ ਸਭ ਤੋਂ ਜ਼ਿਆਦਾ ਤਾਂ ਸਾਰੇ ਵਾਲਾ ਸਹੀ ਗੱਲ ਸਾਰੇ ਨਾਲ ਦੱਸੋ ਸਾਰੇ ਹੁਣ ਬੁੱਢੇ ਨਾਨਾ ਤੁਹਾਡੇ ਪਿੰਡ ਦਾ ਕਹਿੰਦਾ ਮੈਂ ਵਲੌਗ ਬਣਾਉਣਾ ਠੀਕ ਆ ਨਾਨੇ ਪਿੰਡ ਦਾ ਸਰਪੰਚ ਸਾਡੇ ਨੇ ਕੰਮ ਵੇਖੋ ਕੀਤੇ ਇਹ ਪਿੰਡਾਂ ਸਰਪੰਚ ਕੰਮ ਘੱਟ ਕਰਦੇ ਆ ਗੁਰਦੁਆਰਾ ਸਾਹਿਬ ਬਣਾਇਆ ਸ਼ਮਸ਼ਾਨ ਘਾਟ ਕਿੱਡੇ ਵਧੀਆ ਤੇ ਆਹ ਰਾਹ ਨੂੰ ਨਾਲਾ ਤੇ ਰਾਹ ਐਂ ਹੁੰਦਾ ਏ ਜਦੋਂ ਮੈਂ ਜਾਣਾ ਚਲੋ ਇਹ ਰਾਹ ਇੱਦਾਂ ਹੀ ਹੁੰਦਾ ਵਾ ਚਲੋ ਆਫ ਰੋਡ ਹੀ ਕਹੂੰਗਾ ਆਪਣੀ ਥਾਰ ਦੀ ਗੱਡੀ ਧੋਣ ਵਾਲੀ ਆਪਣੀ ਕਿੱਥੇ ਘਰ ਆਪਣਾ ਉੱਥੇ ਹੈ ਨਾਨੇ ਨੇ ਥੋੜਾ ਧੋਣੀ ਸੀ ਉਹ ਮੈਂ ਨਜ਼ਰ ਨਾ ਲੱਗ ਗਏ ਹਾਂ ਲਿਪੜੀ ਲਿਆਂਦੀ ਆ ਹੁਣ ਗੇਟ ਦੇ ਕੇ ਕਿਹੜੇ ਅੰਦਰ ਗੱਡੀ ਵਾੜਦੀ ਆ ਸਾਹਮਣੇ ਵੀ ਕੀ ਤਾਂ ਸਤੂਤੂ ਜਾਂ ਭੱਜਾ ਜਾਂਦਾ ਨਿੱਕੂ ਜਾਂ ਚੱਕ ਕੇ ਗੱਡੀ ਜੀ ਪਾ ਲੈਣਾ ਹੁਣ ਉਹ ਪਾਪਾ ਜਾਂਦੀ ਗਾਂ ਕਿੰਨਾ ਘਰੇ ਲਾਈ ਰਹਿ ਗੱਡੀ ਕਿਵੇਂ ਕੀ ਮਾਮੀ ਨੇ ਕਈ ਚੜੀ ਕੀ ਲਓ ਜੀ ਚੱਕੋ ਹੋ ਗਏ ਪੁੱਜੇ ਬਤਾ ਤੈਨੂੰ ਟਾਈਮ ਨਾਲ ਤੂੰ ਢੇੜੇ ਵਾਲੇ ਟਾਈਮ ਨਾਲ ਹੀ ਹੈ ਬਾਦਸ਼ਾਹਪੁਰ ਬਾਦਸ਼ਾਹਪੁਰ ਆਇਆ ਹਾਂ ਪੂਰਾ ਬਾਹਰ ਸੀਗਾ ਹਾਂ ਬਾਹਰੋਂ ਕਦੋਂ ਆਇਆ ਬਾਦਸ਼ਾਹਪੁਰ ਬਾਦਸ਼ਾਹਪੁਰ ਲਿੰਬੂ ਖਾ ਰਹੀ ਹੈ ਕਿ ਲਿੰਬੂ ਲਿੰਬੂ ਖਾਈਏ ਵੀਡੀਓ ਬਣਾ ਦੇਣੀ ਇਹਨਾਂ ਦੀ ਫਿਰ ਫੋਟੋ 'ਚ ਕਿਵੇਂ ਪਈ ਇਹਨਾਂ ਨੂੰ ਜਲਦੀ ਆ ਜਾਓ ਜਲਦੀ ਚੱਲ ਭੋਰਾ ਹੋਊਗਾ ਖੜ ਜਾਓ ਸਾਰੇ ਹੀ ਸਾਰੇ ਆ ਜਾਣੇ ਸਾਰੇ ਆ ਜਾਣੇ
ਆ ਜਲੇਬ ਬਾਅਦ ਚੋਂ ਹੋਰ ਕਿਹਨੇ ਲਵਾਉਣੀ ਨਾਲ ਮਾਸੜ ਨੇ ਆਉਣਾ ਨਾਲ ਮਾਸੜ ਫੋਟੋ ਲਵਾ ਚਲੋ ਬੈਠੋ ਚਲੋ ਜਾ ਹੋ ਗਿਆ ਐਵੇਂ ਲੜੀ ਜਾਂਦਾ ਭਰਾਵਾ ਰਾਸ਼ਨ ਚੰਗੇ ਇਕੱਠਾ ਕਰ ਲੈ ਹੋਰ ਬਾਬੇ ਦਾ ਪ੍ਰਸ਼ਾਦ ਮਾਸੀ ਲੈ ਆਂਦੀ ਜਲੇਬਾਂ ਜਲੇਬਾਂ ਲੈ ਆਂਦੀਆਂ ਲੈ ਹਾਏ ਖਾਲੀ ਲੈ ਕੇ ਜਾਈਦੇ ਹੁੰਦੇ ਭਾਂਡੇ ਕਹਿੰਦੇ ਕਿਸਾਨ ਏਕਤਾ ਪਾਪਾ ਜਲੇਬ ਨੀ ਲੈ ਕੇ ਜਾਣੇ ਜਲੇਬ ਨਾਨੀ ਪਤਾ ਲਫਾਫੇ ਪਰ ਲੈ ਗਈ ਚਲੋ ਜੀ ਬੈਠੋ ਠੀਕ ਆ ਮਾਸੜ ਓਕੇ ਸਬੂਤ ਹੈਗਾ ਨਾ ਕੋਲੇ ਚਲੋ ਬਈ ਲੰਘੋ ਹੈਂ ਇਹ ਬਾਰੀ ਇੱਕ ਹੀ ਆ ਉਧਰ ਹੀ ਜਾਣਾ ਪੈਣਾ ਬਾਰੀ ਇਹਦੀ ਇੱਕ ਹੀ ਆ ਬਾਰੀ ਲਵਾਉਣੀ ਹੁਣ ਝੋਨਾ ਵਟਾ ਕੇ ਲਵਾਵਾਂਗੇ ਹਾਂ ਲੱਗ ਜਾਂਦੀ ਆ ਝੋਨਾ ਵਟਾ ਕੇ ਹੁਣ ਪੈਸੇ ਥੋੜੇ ਤਾਂ ਫਿਰ ਨਹੀਂ ਬਾਰੀਆਂ ਲੱਗੀਆਂ ਹੈਂ ਲਓ ਜੀ ਹੁਣ ਗੁਰ ਦੇ ਮੱਥਾ ਟੇਕਾਂਗੇ ਹੈਨਾ ਜੀ ਜ਼ਰੂਰੀ ਇੱਥੇ ਵੀ ਫਿਰ ਬਨੇ ਕਦੋਂ ਗੁਰਦੁਆਰਾ ਕਿਹੜਾ ਗੁਰਦੁਆਰਾ ਮੈਂ ਬਾਬਾ ਦੀਪ ਸਿੰਘ ਤੇ ਬਾਬਾ ਵੀਰ ਸਿੰਘ ਬਾਬਾ ਦੀਪ ਸਿੰਘ ਬਾਬਾ ਵੀਰ ਸਿੰਘ ਇਹ ਦੋ ਵਾਲਾ ਤਾਂ ਬਾਬਾ ਦੀਪ ਸਿੰਘ ਦਾ ਪਤਾ ਨਹੀਂ ਬਾਬਾ ਵੀਰ ਸਿੰਘ ਹਾਂ ਉਹ ਬਾਬਾ ਦੀਪ ਸਿੰਘ ਦਾ ਓਕੇ ਬਹੁਤ ਇਤਿਹਾਸ ਗੁਰਦੁਆਰਾ ਹੈ ਤੇ ਉਹ ਲੱਗਦੀ ਆ ਗੋਲੀਆਂ ਬਹੁਤ ਹੁੰਦੀਆਂ ਜੋੜੇ ਬਾਹਰ ਉੱਥੇ ਲਾ ਲੈਣ ਜੋੜੇ ਬਾਬਾ ਉੱਥੇ ਲਾ ਲਾਂਗੇ ਪੈਸੇ ਲਾ ਕਾ ਲਾਂਗੇ ਚਲੋ ਬਈ ਠੀਕ ਹੈ ਆ ਜਾ ਬੇਬੇ ਖਾ ਜਲੇਬੀਆਂ ਫਿਰ ਜਲੇਬੀਆਂ ਇਹ ਵੇਲਾ ਤਾਂ ਆਉਂਦੀ ਨਹੀਂ ਦਾਲ ਜਲੇਬੀਆਂ ਰੋਟੀਆਂ ਲਿਆਉਂਦੀ ਘਰੇ ਨਾ ਕੰਮ ਕਰਨਾ ਪਵੇ ਆਣ ਕੇ ਹੈਂ ਖਾਈਏ ਕਿਉਂ ਨਾ ਬੀਬੀ ਲੈ ਕੜਕਣੇ ਜਲੇਬ ਥੱਕ ਗਏ ਸਫ਼ਰ ਬਹੁਤ ਲੰਮਾ ਸੀ ਹੈਂ ਚੰਡੀਗੜ੍ਹ ਤੋਂ ਦੂਰ ਸੀ ਨੇੜੇ ਸੀ ਰੋਟੀ ਪਾਣੀ ਪਾਇਆ